ਅਸਲਾਮੁ ਅਲੈਕੁਮ ਨਾਜ਼ਰੀਨ, ਪੰਜਾਬੀ ਪ੍ਰਚਾਰ ਦੇ ਵਿੱਚ ਖੁਸ਼ ਆਮਦੀਦ। ਮੈਂ ਤੁਹਾਡੀ ਹੋਸਟ ਨਾਇਬ ਸ਼ਫੀਕ। ਅੱਜ ਸਾਡੇ ਨਾਲ ਇੱਕ ਹੋਰ ਫੈਮਿਲੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਨੀ ਆ, ਉਹਨਾਂ ਨਾਲ ਗੱਪਸ਼ਪ ਲਾਉਣੇ ਆ, ਪੁੱਛਦੇ ਹਾਂ ਉਹ ਕਿੱਧਰੋਂ ਆਏ ਨੇ, ਉਹਨਾਂ ਦੇ ਕੀ ਤਾਸਰਾਤ ਨੇ, ਸਾਰਾ ਕੁਛ ਜਾਣਦੇ ਉਹਨਾਂ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇੰਡੀਆ ਤੋਂ ਚੰਡੀਗੜ੍ਹ ਤੋਂ ਆਏ ਹਾਂ, ਅੱਜ ਹੀ ਸਵੇਰੇ ਪਹੁੰਚੇ ਹਾਂ 8 ਵਜੇ, ਅਤੇ ਇੱਥੇ ਆ ਕੇ ਸਾਨੂੰ ਬਹੁਤ ਹੀ ਜ਼ਿਆਦਾ ਮਾਣ ਸਤਿਕਾਰ ਅਤੇ ਪਿਆਰ ਮਿਲਿਆ। ਪਾਕਿਸਤਾਨ ਬਾਰੇ ਅਸੀਂ ਆਪਣੇ ਪੇਰੈਂਟਸ ਤੋਂ ਸੁਣਿਆ ਸੀ, ਬਜ਼ੁਰਗਾਂ ਤੋਂ ਸੁਣਿਆ ਸੀ, ਕਿਉਂਕਿ ਮੇਰੇ ਫਾਦਰ ਨਨਕਾਣਾ ਸਾਹਿਬ ਤੋਂ ਨੇ, ਸ਼ੁਰੂ ਤੋਂ ਬਚਪਨ ਤੋਂ ਅਸੀਂ ਸੁਣਦੇ ਆਏ ਹਾਂ ਕਿ ਉੱਥੇ ਐਵੇਂ ਹੈ ਐਵੇਂ ਹੈ। ਪਰ ਹੁਣ ਜਦੋਂ ਲਾਂਘਾ ਖੁੱਲ੍ਹਿਆ ਤਾਂ ਬੜਾ ਹੀ ਮਨ ਦੇ ਵਿੱਚ ਚਾਅ ਸੀਗਾ ਕਿ ਅਸੀਂ ਜਾਵਾਂਗੇ, ਅਤੇ ਪਰਮਾਤਮਾ ਦੀ ਕਿਰਪਾ ਹੋਈ ਹੈ, ਬਾਬੇ ਨਾਨਕ ਦੀ ਕਿਰਪਾ ਦੇ ਨਾਲ ਇਹ ਲਾਂਘਾ ਖੁੱਲ੍ਹਿਆ, ਅਤੇ ਇਸ ਦੇ ਸਦਕਾ ਅਸੀਂ ਅੱਜ ਇੱਥੇ ਪਹੁੰਚੇ ਹਾਂ। ਬਾਬੇ ਨਾਨਕ ਦੀ ਜ਼ਮੀਨ ਜਿੱਥੇ ਉਹਨਾਂ ਨੇ 18 ਸਾਲ ਖੇਤੀ ਕੀਤੀ ਹੈ, ਇੱਥੇ ਰਹੇ ਆ, ਅੱਜ ਅਸੀਂ ਉਸ ਜ਼ਮੀਨ 'ਤੇ ਖੜ੍ਹੇ ਹਾਂ। ਅਸੀਂ ਆਪਣੇ ਆਪ ਨੂੰ ਬਹੁਤ ਹੀ ਵੱਡੇ ਭਾਗਾਂ ਵਾਲੇ ਸਮਝਦੇ ਹਾਂ, ਅਤੇ ਬਹੁਤ ਹੀ ਜ਼ਿਆਦਾ ਥੈਂਕਫੁੱਲ ਹਾਂ ਪਾਕਿਸਤਾਨ ਸਰਕਾਰ ਦੇ ਅਤੇ ਪਾਕਿਸਤਾਨ ਦੇ ਸਾਰੇ ਵਾਸੀ ਜੀ। ਬਹੁਤ ਸ਼ੁਕਰੀਆ। ਅਤੇ ਕੀ ਨਾਂ ਹੈ ਤੁਹਾਡਾ? ਜਸਵੰਤ ਸਿੰਘ। ਅਤੇ ਤੁਸੀਂ ਕਿੱਥੋਂ ਆਏ ਹੋ? ਅਸੀਂ, ਮੈਂ ਚੰਡੀਗੜ੍ਹੋਂ ਆਇਆ ਜੀ। ਸਹੀ, ਇੰਡੀਆ। ਸਹੀ। ਅਤੇ ਪਾਕਿਸਤਾਨ ਆ ਕੇ ਕਿਵੇਂ ਮਹਿਸੂਸ ਕਰਦੇ ਪਏ ਹੋ ਤੁਸੀਂ? ਪਾਕਿਸਤਾਨ ਆ ਕੇ ਮੈਂ ਇਹ ਮਹਿਸੂਸ ਕਰ ਰਿਹਾ ਕਿ ਮੈਨੂੰ ਦੋਨਾਂ ਕੰਟਰੀਜ਼ ਵਿੱਚ ਫਰਕ ਲੱਗ ਹੀ ਨਹੀਂ ਰਿਹਾ। ਸਹੀ। ਨਾ ਉੱਧਰ ਦੀ ਧਰਤੀ ਵੀ ਸੇਮ ਹੈ, ਇੱਧਰ ਦੀ ਵੀ ਧਰਤੀ ਸੇਮ ਹੈ, ਸੇਮ ਲੋਕ ਨੇ, ਵਿਚਾਰਧਾਰਾ ਥੋੜ੍ਹੀ ਵੱਖ ਹੋਣ ਕਰਕੇ ਥੋੜ੍ਹੀ ਪ੍ਰੋਬਲਮ ਆਈ ਹੈ, ਉਹ ਵੀ ਵਿਚਾਰਧਾਰਾ ਹੁਣ ਅੱਗੇ ਅੱਗੇ ਮਿਲਦੀ ਜਾ ਰਹੀ ਹੈ, ਮਿਲਣ ਕਰਕੇ ਇਹ ਮਿਲੀ ਹੈ ਅਤੇ ਇਹ ਲਾਂਘਾ ਖੁੱਲ੍ਹਿਆ। ਬਿਲਕੁਲ, ਇਹ ਲਾਂਘਾ ਖੁੱਲ੍ਹਿਆ ਅਤੇ ਅੱਜ ਅਸੀਂ ਪਾਕਿਸਤਾਨ ਦੀ ਧਰਤੀ 'ਤੇ ਹਾਂ। ਸਾਨੂੰ ਬਹੁਤ ਚੰਗਾ ਲੱਗ ਰਿਹਾ, ਜਿਹੜਾ ਵੀ ਸ਼ਖਸ ਇੱਥੇ ਮੈਨੂੰ ਮਿਲ ਰਿਹਾ ਉਹ ਇੰਨਾ ਪਿਆਰ ਦੇ ਰਿਹਾ, ਮੈਂ ਬਿਆਨ ਨਹੀਂ ਕਰ ਸਕਦਾ, ਮੇਰੇ ਕੋਲ ਲਫ਼ਜ਼ ਹੈ ਨਹੀਂ। ਪਰ ਇਹ ਮੈਂ ਜ਼ਰੂਰ ਕਹੂੰਗਾ ਦੋਨਾਂ ਸਰਕਾਰਾਂ ਨੂੰ ਕਿ ਇਹ ਲਾਂਘੇ, ਇਹ ਬਾਉਂਡਰੀਜ਼ ਤੋੜ ਦੇਣੀਆਂ ਚਾਹੀਦੀਆਂ, ਸਾਰੀ ਦੁਨੀਆ ਦੀਆਂ ਤੋੜ ਦੇਣੀਆਂ ਚਾਹੀਦੀਆਂ, ਨਾ ਕਿ ਸਿਰਫ ਪਾਕਿਸਤਾਨ ਔਰ ਹਿੰਦੁਸਤਾਨ ਦੀ ਤੋੜੋ। ਆਪਣੇ ਵਿਚਾਰਾਂ ਨੂੰ ਮਿਲਾਓ ਅਤੇ ਬਾਉਂਡਰੀਆਂ ਨੂੰ ਖਤਮ ਕਰੋ ਕਿ ਇੱਕ ਸਕੂਨ ਦੀ ਜ਼ਿੰਦਗੀ ਇੱਕ ਆਮ ਪਬਲਿਕ ਨੂੰ, ਇੱਕ ਗਰੀਬ ਬੰਦੇ ਤੋਂ ਲੈ ਕੇ ਅਮੀਰ ਬੰਦੇ ਤੱਕ ਜੀਣ ਦਿਓ। ਬਿਲਕੁਲ ਜੀ, ਬਹੁਤ ਅੱਛਾ ਮੈਸੇਜ ਤੁਸੀਂ ਦੇ ਰਹੇ ਹੋ। ਬਿਲਕੁਲ, ਥੋੜ੍ਹੀ ਜਿਹੀ ਜ਼ਿੰਦਗੀ ਹੁੰਦੀ ਹੈ, ਉਹੀ ਪਿਆਰ ਮੁਹੱਬਤ ਨਾਲ ਇਨਸਾਨ ਨੂੰ ਰੱਖਣੀ ਚਾਹੀਦੀ ਹੈ। ਅਤੇ ਅੱਛਾ, ਥੋੜ੍ਹਾ ਜਿਹਾ ਸਾਨੂੰ ਗਾਈਡ ਕਰੋ ਇਸ ਬਾਰੇ ਕਿ ਤੁਸੀਂ ਜਦੋਂ ਇੱਥੇ ਆਉਂਦੇ ਹੋ, ਤੁਹਾਡੇ ਮਜ਼ਹਬੀ ਜਿਹੜੇ ਹੁੰਦੇ ਨੇ ਉਹ ਤੁਸੀਂ ਕੀ ਕਰਦੇ ਹੋ, ਕਿਸ ਤਰ੍ਹਾਂ ਆ ਕੇ ਪਰਫੋਰਮ ਕਰਦੇ ਹੋ, ਤੁਹਾਡੀ ਕੀ ਮਸਰੂਫੀਅਤ ਰਹਿੰਦੀਆਂ ਨੇ ਇੱਥੇ ਗੁਰਦੁਆਰੇ ਜਦੋਂ ਤੁਸੀਂ ਆਉਂਦੇ ਹੋ? ਇਹਦੇ 'ਚ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਮੈਨੂੰ ਕੋਈ ਫਰਕ ਨਹੀਂ ਲੱਗਿਆ, ਪਹਿਲਾਂ ਵੀ ਨਹੀਂ ਲੱਗਿਆ, ਹੁਣ ਵੀ ਨਹੀਂ ਲੱਗਿਆ। ਮੈਨੂੰ ਪਾਕਿਸਤਾਨੀ ਵੀ ਭਰਾ ਬਹੁਤ ਵਧੀਆ ਲੱਗਦੇ ਨੇ ਅਤੇ ਹਿੰਦੁਸਤਾਨੀ ਵੀ ਬਹੁਤ ਵਧੀਆ ਲੱਗਦੇ ਨੇ। ਦੋਨਾਂ 'ਚ ਫਰਕ ਇਸ ਕਰਕੇ ਨਹੀਂ ਲੱਗਦਾ, ਜਦੋਂ ਆਪਾਂ ਮਿਲਦੇ ਹਾਂ ਤਾਂ ਉਹੀ ਪੰਜਾਬੀ ਦਾ ਲਿਹਾਜ਼ ਆ, ਪਹਿਲੀ ਗੱਲ, ਉਹੀ ਚਾਲ ਚੱਲਣ, ਉਹੀ ਵਿਚਾਰਧਾਰਾ। ਮੈਨੂੰ ਕੁਝ ਫਰਕ ਲੱਗਿਆ ਹੀ ਨਹੀਂ, ਇਸ ਕਰਕੇ ਮੈਂ ਕਹਿਣ ਦੀ ਕੋਸ਼ਿਸ਼ ਕਰਦਾ ਕਿ ਇਹ ਬਾਰਡਰ ਹੋਣੇ ਹੀ ਨਹੀਂ ਚਾਹੀਦੇ, ਅਤੇ ਬਾਰਡਰ ਚੱਕੋ, ਇਹ ਬਾਰਡਰ ਚੱਕੋ ਅਤੇ ਸਾਰਿਆਂ ਦਾ ਸਾਰਿਆਂ ਨੂੰ ਮਿਲਣ ਦਿਓ, ਮਿਲਣਸਾਰ ਹੋਣ, ਅਤੇ ਸਾਰਿਆਂ ਨਾਲ ਸਾਰਿਆਂ ਦੀ ਜ਼ਿੰਦਗੀ ਇੱਕ ਸ਼ਾਂਤੀਪੂਰਵਕ। ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ, ਲੇਕਿਨ ਮੇਰਾ ਸਵਾਲ ਹੈ ਕਿ ਤੁਸੀਂ ਇੱਥੇ ਆਉਂਦੇ ਹੋ, ਤੁਹਾਡੀ ਮਜ਼ਹਬੀ ਜਿਹੜੀ ਰਸੂਮਾਤ ਹੁੰਦੀ ਹੈ ਤੁਸੀਂ ਕਿਸ ਤਰ੍ਹਾਂ ਪਰਫੋਰਮ ਕਰਦੇ ਹੋ, ਕਿਸ ਤਰ੍ਹਾਂ ਅਦਾ ਕਰਦੇ ਹੋ, ਕੀ ਕਰਦੇ ਹੋ ਇੱਥੇ ਆ ਕੇ? ਮਤਲਬ ਜਦੋਂ ਅਸੀਂ ਇੱਥੇ ਪਹੁੰਚ ਜਾਂਦੇ ਹਾਂ ਤੇ ਗੁਰੂ ਮਹਾਰਾਜ ਜਿਹੜਾ ਕਿ ਬਿਰਾਜਮਾਨ ਨੇ ਕਰਤਾਰਪੁਰ ਦੀ ਧਰਤੀ 'ਤੇ, ਠੀਕ ਹੈ, ਅਸੀਂ ਉਹਨਾਂ ਨਤਮਸਤਕ ਹੁੰਦੇ ਹਾਂ। ਅੱਛਾ ਜੀ। ਅਰਦਾਸ ਕਰਦੇ ਹਾਂ। ਸਹੀ। ਅਰਦਾਸ ਕਰਨ ਤੋਂ ਬਾਅਦ ਸਾਰੇ ਸੰਸਾਰ ਦੀ ਸਾਰੇ ਸੰਸਾਰ 'ਚ ਸ਼ਾਂਤੀ ਦੀ ਮੰਗ ਕਰਦੇ ਹਾਂ। ਸਹੀ। ਨਾਲ ਇਹ ਵੀ ਕਹਿੰਦੇ ਹਾਂ ਕਿ ਅੱਜ ਵੀ ਮਿਲੋ ਅਤੇ ਕੱਲ੍ਹ ਨੂੰ ਵੀ ਮਿਲੋ, ਠੀਕ ਹੈ। ਅਤੇ ਉਸ ਤੋਂ ਬਾਅਦ ਸਾਰੇ ਧਰਮਾਂ ਦੇ, ਬਾਬਾ ਨਾਨਕ ਤਾਂ ਸਭ ਦਾ ਸਾਂਝਾ ਸੀ, ਉਹ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦਾ ਸੀ, ਇਸ ਕਰਕੇ ਅਸੀਂ ਕੀਰਤਨ ਵੀ ਕਰਦੇ ਹਾਂ, ਅਰਦਾਸਾਂ ਵੀ ਕਰਦੇ ਹਾਂ, ਅਤੇ ਨਾਲ ਦੇ ਨਾਲ ਅਸੀਂ ਇਹ ਵੀ ਸ਼ਾਂਤੀ ਦੀ ਭੀਖ ਮੰਗਦੇ ਸਾਰਿਆਂ ਕੋਲੋਂ ਦੀ ਕਿ ਬਈ ਸਾਰੇ ਸੰਸਾਰ ਦੇ ਵਿੱਚ ਸ਼ਾਂਤੀ ਹੋਣੀ ਚਾਹੀਦੀ। ਬਿਲਕੁਲ ਜੀ। ਅਤੇ ਹੁਣ ਤੁਸੀਂ ਕਿਸ ਟਾਈਮ ਦੇ ਇੱਥੇ ਆਏ ਹੋਏ ਹੋ? ਅਸੀਂ ਸਵੇਰੇ 8 ਵਜੇ ਆਏ ਸੀਗੇ ਜੀ। ਸਹੀ। ਅਤੇ ਦਰਸ਼ਨ ਕਰ ਲਏ ਤੁਸੀਂ? ਦਰਸ਼ਨ ਕਰ ਲਏ ਜੀ। ਹਾਂਜੀ, ਬਹੁਤ ਵਧੀਆ ਲੱਗਿਆ। ਅਤੇ ਤੁਹਾਨੂੰ ਇਹ ਸਾਰਾ ਮਾਹੌਲ ਕਿਸਾ ਲੱਗਾ, ਸੈਟਅਪ ਮਤਲਬ ਕਿਸ ਤਰ੍ਹਾਂ ਦਾ? ਮੈਂ ਪਾਕਿਸਤਾਨ ਗੌਰਮੈਂਟ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇੰਨਾ ਅੱਛਾ ਉੱਦਮ ਲਿਆ, ਉੱਦਮ ਚੱਕਿਆ, ਅਤੇ ਅੱਜ ਜਿੱਥੇ ਅਸੀਂ ਖੜ੍ਹੇ ਹਾਂ ਕਰਤਾਰਪੁਰ ਦੀ ਧਰਤੀ 'ਤੇ, ਇੰਨੀ ਅੱਛੀ ਕੰਸਟਰਕਸ਼ਨ ਕਰਕੇ ਗੁਰਦੁਆਰਾ ਸਾਹਿਬ ਹਰ ਇੱਕ ਚੀਜ਼ ਨਵੀਂ ਬਣਾਤੀ, ਅਤੇ ਇਹੀ ਕਹਾਂਗੇ। ਅੱਗੇ ਤੋਂ ਹੋਰ ਵੀ ਜਿਹੜੇ ਗੁਰਦੁਆਰਾ ਸਾਹਿਬ ਨੇ ਉੱਥੇ ਵੀ ਦਰਸ਼ਨ ਕਰਨ ਦਾ ਮੌਕਾ ਮਿਲੇਗਾ ਅਤੇ ਅਸੀਂ ਆਵਾਂਗੇ।